ਸਾਡੇ ਵਿਊਅਰਸ ਦਾ ਸਵਾਗਤ ਆ। ਮੈਚ ਨੰਬਰ 3 ਸਾਡਾ ਹੈਗਾ ਅੱਜ ਸੈਨਹੌਕ ਦਾ ਪ੍ਰੈਕਟਿਸ ਮੈਚ। ਕੱਲ ਨੂੰ ਆਪਾਂ ਸਟਾਰਟ ਕਰਨਗੇ ਆਪਣੇ ਮੇਨ ਜਿਹੜੇ ਮੈਚਸ ਨੇ, ਡੇ 1 ਡੇ 2 ਕੱਲ ਹੋਏਗਾ ਤੇ ਡੇ 3 ਦਾ ਹੋਏਗਾ ਪਰਸੋਂ ਟਿਊਜ਼ਡੇ ਨੂੰ। ਮੈਂ ਪਰਸੋਂ ਮੰਡੇ ਨੂੰ ਸੱਚ ਡੇਟ ਦਾ ਵੀ ਧਿਆਨ ਨਹੀਂ ਰਹਿੰਦਾ, ਇੰਨਾ ਸਟ੍ਰੈਸ ਹੈਗਾ ਇੱਧਰ ਆਰਗੇਨਾਈਜ਼ ਕਰਨਾ ਸੌਖਾ ਕੰਮ ਸੀਗਾ, ਅੱਜ ਪਤਾ ਲੱਗ ਗਿਆ। ਅਸੀਂ ਸਟ੍ਰੀਮ ਚ ਲੈਗ ਨੂੰ ਡਿਲੇ ਡੁਲੇ ਕੁਛ ਨਹੀਂ ਪਾਇਆ, ਜਿੰਨੀ ਸਟ੍ਰੀਮ ਸਨੈਪਿੰਗ ਕਰਨੀ ਕਰ ਲਓ। ਆਹ ਵਾਲੇ ਮੈਚਾਂ 'ਚ ਨਹੀਂ ਹੋਏਗਾ, ਜਿਹੜੇ ਸਾਡੇ ਮੇਨ ਮੈਚਸ ਹੋਣਗੇ ਉਹਨਾਂ 'ਚ 3 ਮਿੰਟ ਦਾ ਸਟ੍ਰੀਮ ਲੈਗ ਸਟ੍ਰੀਮ ਡਿਲੇ ਹੈਗਾ, 180 ਸੈਕਿੰਡ ਦਾ। ਉਹ 'ਚ ਸਟ੍ਰੀਮ ਸਨੈਪਿੰਗ ਨਹੀਂ ਕਰਨੇ, ਫਿਰ ਵੀ ਜਿਹਨੇ ਕਰਨੀ ਆ ਉਹ ਕਰ ਲਓ, ਕਰ ਸਕਦੇ ਹੋ ਤਾਂ ਕਰ ਲਓ, ਮੈਂ ਡਿਲੇ ਹੋਰ ਵਧਾ ਦੇਣਾ। ਟੀਮਾਂ ਸਾਡੀਆਂ ਆਉਂਦੀਆਂ ਪਈਆਂ, ਆਪਣੇ ਵੱਲੋਂ ਮੈਂ ਪੂਰਾ ਟਰਾਈ ਕਰਦਾ ਪਿਆ ਤੁਹਾਡੀ ਐਂਟਰਟੇਨਮੈਂਟ ਲਈ। ਕਮੈਂਟਾਂ 'ਚ ਬੜੀ ਨੀਤੂ ਸਹਸਤਰ ਨਾਲਾ, ਤੇਰੇ ਸੋ ਤਾਂ ਨਹੀਂ ਹੋ ਪਾਏਗਾ, ਤੇਰੇ ਸੇ ਤਾਂ ਨਹੀਂ ਹੋ ਪਾਉਂਦਾ। ਆ ਜਿਹੜੇ ਵੀ ਨੇ ਕੋਈ ਗੱਲ ਨਹੀਂ, ਮੈਂ ਤਾਂ ਆਪਣਾ ਬੈਸਟ ਦਿੰਦਾ ਪਿਆ। ਹੋਰ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਪਿਆ ਤਾਂ ਡਿਸਲਾਈਕ ਦਾ ਬਟਨ ਹੈਗਾ, ਨੱਪ ਦਿਓ। ਹੋਰ ਅੱਗੇ ਮੈਂ ਕੀ ਕਹਿ ਸਕਦਾ, ਇੱਕ ਡਿਸਲਾਈਕ ਵੀ ਮਿਲ ਗਿਆ ਹੋਇਆ। ਵਾਹ ਜੀ, ਕੋਈ ਨਹੀਂ, ਆਪਾਂ ਲਾਈਕ ਕਰਾਂਗੇ ਆਪਣੀ ਸਟ੍ਰੀਮ ਨੂੰ। ਟੀਮ ਨੰਬਰ 25 ਬੌਮ ਸਕੁਆਡ, ਆ ਹੈਗੀ ਸਾਡੀ ਸੈਕਿੰਡ ਪਰ ਆਫ ਦੀ ਟੀਮ ਜੈਪਾਲ ਦੀ। ਟੀਮ ਨੰਬਰ 24 ਹੀ ਸਲੋਟ ਖਾਲੀ ਆ, PTTP ਵਰਲਡ ਫਾਈਨਲ ਦੀ ਟੀਮ ਆ ਸਾਡੀ ਅਜੇ ਜੁਆਇਨ ਕਰਨ ਦੀ। ਟੀਮ 23 ਗੋਡ ਫਾਦਰ, ਆ ਸਾਡੇ ਇੰਟਰਨਸ ਨੇ, ਵਿਸ਼ਾਲ ਥਾਪਰ ਭਾਈ ਦੀ ਟੀਮ ਹੈਗੀ ਆ, ਉਹ ਅਜੇ ਆਉਣਗੇ। ਇੱਕ ਹੀ ਬੰਦਾ ਆਇਆ ਉਹਨਾਂ ਦੀ ਟੀਮ ਵੱਲੋਂ, ਹੋਰ ਕਰਦੇ ਪਏ ਨੇ ਜੁਆਇਨ। ਤੇ 10 ਤੇ ਸਟਾਰਟ ਕਰਨ ਦਾ ਟਾਈਮ ਹੈਗਾ, ਦਿੱਤਾ ਹੋਇਆ ਟਾਈਮ, ਕਦੀ ਵੀ ਸਟਾਰਟ ਕਰ ਸਕਦਾ ਸਾਡਾ ਜਿਹੜਾ ਟੀਮ ਨੰਬਰ 14 ਆਤੰਕੀ ਰਵਿੰਦਰ ਇਥਿਕ, ਆ ਹੈਗੇ ਰੂਮ ਦੇ ਓਨਰ, ਸਾਡੇ ਨਾਲ ਨਹੀਂ ਬੈਠੇ, ਨਹੀਂ ਤਾਂ ਮੈਂ ਬੋਲ ਦੇਣਾ ਸੀ ਕਿ ਮਾੜਾ ਜਿਹਾ ਵੇਟ ਕਰ ਲਓ। ਆਪਾਂ ਚੈੱਕ ਕਰ ਲਈਏ ਸਟ੍ਰੀਮ ਕਿੱਦਾਂ ਦੀ ਚੱਲਦੀ ਵੀ ਸਾਡੀ। ਆਪਾਂ ਚੈੱਕ ਕਰ ਲਈਏ ਸਟ੍ਰੀਮ ਕਿੱਦਾਂ ਦੀ ਚੱਲਦੀ ਵੀ ਸਾਡੀ। ਆਹ ਸਟ੍ਰੀਮ ਤਾਂ ਠੀਕ ਹੀ ਚੱਲਦੀ ਸੀ, ਪਹਿਲੇ ਉਹੀ ਹੈਗਾ ਸਾਡਾ 15-20 ਸੈਕਿੰਡਾਂ ਦਾ ਬਾਈ ਡਿਫਾਲਟ ਜਿਹੜਾ ਆਪਾਂ ਸੈਟ ਕੀਤਾ ਹੋਇਆ। ਕਮੈਂਟ ਆਈ ਜਾਂਦੇ, ਕਿਰਨਦੀਪ ਸਿੰਘ ਬੋਲਦੇ ਨੇ ਵਾਹ ਬੇਟੇ ਵਾਹ, ਅਰੇ ਮੌਜ ਕਰਦੀ ਬੇਟੇ ਵਾਹ, ਪੂਰਾ ਲਿਖੋ ਭਰਾ। RR ਗੇਮਿੰਗ 177 ਤੇਰੇ ਦਾਦੇ ਦਾ ਚੈਨਲ ਆ। ਆ ਸਾਡੇ ਉਹੀ ਹੈਗੇ ਜਿਹੜੇ ਰੂਮ ਦੇ ਓਨਰ ਨੇ ਰਵਿੰਦਰ, ਇਹਨਾਂ ਦਾ ਚੈਨਲ ਆ, 1015 ਸਬਸਕ੍ਰਾਈਬਰ ਹੋ ਗਏ ਇਹਨਾਂ ਦੇ, 1015 ਦੇ ਜਾਂ ਪਤਾ ਨਹੀਂ 1500 ਸਬਸਕ੍ਰਾਈਬਰ, 1500 ਲੱਗਦੇ। ਟਿਕਟੌਕ ਦੀਆਂ ਵੀਡੀਓ ਪਾ ਪਾ ਕੇ
सब्सक्राइबर बताए ने इन्होंने, बाद चेकदम ही सारिया ट्वीट कर दिया, फिर गेमिंग कंटेंट पाने लगे, हुण व्यूज नहीं आते इन्होंने, फिर कहते गेमिंग चैनल खोलिया। टीमां चेक कर रही है, बंदे अपने स्लॉट च है, टीम 13 आ है कि साड़ी गन लॉर्ड्स की टीम न्यू फाइनल तो आई है, ब्लड लाइन है ना दे लीडर, टीम नंबर 14 टीम आतंकी आदा अपने स्लॉट ची, टीम नंबर 15 ग्लेडिएटर्स न्यू फाइनल टीम है, सेरोटोनिन है इन्हों के लीडर, नाल ही होता पे साडा मैच स्टार्ट। This is a simulation game set in a virtual world and does not represent real life. Please play in moderation, take frequent breaks, and play responsibly. ਅਜੇ ਆਉਣੀ ਆ ਪਲੇਨ ਟ੍ਰੈਜੈਕਟਰੀ, ਜਦੋਂ ਸਾਰੇ ਬੰਦੇ ਪਲੇਨ 'ਚ ਹੋਣੇ ਇੱਕ ਸੌ ਪਚਵੰਜਾ ਦੀ ਸਾਡੀ ਪਿੰਗ ਹੈਗੀ ਆ, 150 ਦੀ ਉੱਪਰ ਦੀ ਟੈਕਟੇਡ ਕਰਨਾ ਤਾਂ ਬਹੁਤ ਵਧੀਆ ਹੈਗੀ ਹੈ, ਜਿਹੜੇ ਬੰਦੇ ਮੈਚ ਖੇਡ ਰਹੇ ਉਹਨਾਂ ਲਈ ਵਧੀਆ, ਹੋਪਫੁਲੀ ਉਹਨਾਂ ਦੀ ਪਿੰਗ ਵਧੀਆ ਹੋਵੇ। ਲੇਨ ਪਾਸ ਸਾਡਾ ਜਾਂਦਾ ਵਾ ਕੈਂਪ ਅਲਫਾ ਵੱਲੋਂ, ਡੈਡਮੋਗ ਵੱਲੋਂ, ਪੈਰਾਡਾਈਜ਼ ਰਿਜ਼ੋਰਟ ਕਵਰ ਹੋਏਗਾ, ਨੌਰਥ ਆਈਲੈਂਡ ਦੇ ਜਿਹੜਾ ਨੌਰਥ ਵਾਲਾ ਪਾਸਾ ਉਹ ਕਵਰ ਹੁੰਦਾ ਪਿਆ, ਜਿਹੜੀਆਂ ਟੀਮਾਂ ਨੂੰ ਨੌਰਥ ਵਾਲੇ ਪਾਸੇ ਹਾਥੀਨ ਕੈਂਪ ਅਲਫਾ ਇੱਧਰ ਬੂਟ ਕੈਂਪ ਇੱਧਰ ਜਾਣਾ, ਉਹ ਤਾਂ ਗਲਾਈਡ ਕਰ ਸਕਦੇ ਨੇ, ਜਿਹੜੇ ਬੰਦਿਆਂ ਤੋਂ ਜਾਣਾ ਕੈਂਪ ਚਾਰਲੀ ਸਾਮੀ ਉਹਨਾਂ ਨੂੰ ਗੱਡੀਆਂ ਲੈਣੀਆਂ ਪੈਣੀਆਂ, ਜਾਂ ਗਲਾਈਡੇਬਲ ਹੈਗਾ ਉਦਾਂ ਉਦਾਂ ਉਹਨਾਂ ਦਾ ਬਾਤ। ਫਸਟ ਪ੍ਰੋਫ ਦੀ ਟੀਮ ਐਲ ਐਲ ਸਾਹਿਲ ਕੱਲੀ ਉਤਰਦੀ ਹੋਈ, ਹਾਥੀਨ ਬੂਟ ਕੈਂਪ 'ਚ ਬਹੁਤ ਟੀਮਾਂ ਉਤਰੀਆਂ, ਫਾਈਟ ਸ਼ੁਰੂ ਹੋ ਗਈ ਬੂਟ ਕੈਂਪ 'ਚ, ਆਪਾਂ ਚੱਲਦੇ ਹਾਂ ਸਿੱਧਾ ਦੇਖਦੇ ਹਾਂ ਕੀ ਚੱਲੀ ਜਾਂਦਾ। ਫ੍ਰੀ ਕੈਮਰਾ ਰੂਮ 'ਤੇ ਕਰਕੇ ਦੇਖੀਏ, ਟੀਮ ਨੰਬਰ 8 ਦੇ ਬੰਦੇ ਨੂੰ ਫਲੈਸ਼ ਕੀਤਾ, ਟੀਮ ਨੰਬਰ 17 ਦੇ ਬੰਦੇ ਨੇ, ਟੀਮ ਖਾ ਲੈਗੀ ਸਾਡੀ ਟੀਮ ਨੰਬਰ 18 ਬਹੁਤ ਵਧੀਆ ਖੇਡਦੀ ਵੀ, ਟੀਮ ਨੰਬਰ 8 ਨੂੰ ਘੇਰ ਲਿਆ ਹੋਇਆ ਪੂਰੀ ਤਰੀਕੇ ਨਾਲ, ਰਸ਼ ਹੁੰਦਾ ਇਹਨਾਂ 'ਤੇ, ਮੁੱਟ ਖਾਧੀ ਫਿਨਿਸ਼ ਆ ਗਿਆ, ਤਿੰਨ ਬੰਦੇ ਇਕੱਠੇ ਰਸ਼ ਕਰ ਗਏ, ਬਹੁਤ ਵਧੀਆ ਗੇਮ ਪਲੇ ਹੈਗਾ ਸਾਡੀ ਟੀਮ ਨੰਬਰ ਟੀਮ ਖਾਲ ਵੱਲੋਂ। ਟੀਮ ਨੰਬਰ 10 ਦੀਆਂ ਕੰਨਾਂ 'ਚ ਵੀ ਪਈਆਂ ਗੋਲੀਆਂ, ਆਵਾਜ਼ਾਂ ਆਈਆਂ ਇਹਨਾਂ ਨੂੰ, ਕੁਛ ਤਾਂ ਉੱਦਾਂ ਚੱਲਦਾ ਪਿਆ, ਆਹ ਭੱਜੇ ਦਿੱਤਾ ਟੋਮੀ ਡੂਮੀ ਦੇ ਕਿਊਬੀਸੀ ਚੱਕ ਕੇ, ਦੇਖਦੇ ਹਾਂ ਕੀ ਚੱਲਦਾ, ਰਸ਼ ਕਰੀਏ ਅੱਗੇ ਫਾਈਟ ਹੋ ਜਾਂਦੀ ਹੈ, ਆਪਾਂ ਕਰੀਏ ਸਪੈਕਟੇਟ ਉਹਨਾਂ ਨੂੰ। ਫਸਟ ਪ੍ਰੋਫ ਦੀ ਟੀਮ ਟੀਮ ਸਲੇਅਰ ਜੀ ਪੀ ਸਿੰਘ, ਕੂਜ਼ ਹੀ ਮਾਰ ਕੇ ਲੌਂਗ ਰੇਂਜ 'ਚ ਮੀਡੀਅਮ ਰੇਂਜ 'ਚ ਪੀਕ ਲੈ ਕੇ ਬੈਠੇ ਨੇ, ਇਹਨਾਂ ਨੂੰ ਕੁਝ ਸਿਖਾਓ, ਕਾਕੇ ਸ਼ਾਰਟ ਰੇਂਜ ਦੀ ਗੱਲ ਹੁੰਦੀ ਹੈ ਉਸਦੀ, ਪਹਿਲੀ ਗੱਲ ਦੂਰ ਦੂਰ ਦੀ ਰੇਂਜ 'ਚ ਰਹਿਣਾ, ਉਹ ਦੇਖ ਉਹ ਜਿਹੜਾ ਤੇਰਾ ਟੀਮਮੇਟ ਚਲਾਉਂਦਾ ਪਿਆ ਉਹ ਹੁੰਦੀ ਹੈ ਗੰਨ, ਸ਼ਾਰਟ ਰੇਂਜ ਉਹ ਸ਼ਾਰਟ ਰੇਂਜ ਅਤੇ ਮੀਡੀਅਮ ਰੇਂਜ ਦੀ, ਤੂੰ ਇਕੱਲੀ ਸ਼ਾਰਟ ਰੇਂਜ ਦੀ ਫੜੀ ਆ। ਟੀਮ ਨੰਬਰ 18 ਟੀਮ ਖਾਲ ਆ ਲੈਂਦੀ ਵੀ ਦੋਵੇਂ ਪਾਸੇ ਫਾਈਟ, ਸੈਂਡਵਿਚ ਨਾ ਹੋ ਜਾਵੇ ਇਹਨਾਂ ਦਾ, ਲੂਨਾ ਰਸ਼ ਕਰਦਾ ਹੋਇਆ ਮੈਚ ਫਾਈਟ 'ਤੇ,
ਆਪਣੇ ਟੀਮਮੇਟ ਨੂੰ ਇਹਨਾਂ ਨੇ ਕਹਿਤਾ ਥੱਲੇ ਬੰਦਾ ਆ ਗਿਆ ਫੁੱਟਸਟੈਪਸ ਉਹਦਾ ਨਹੀਂ ਆਉਂਦੇ ਨਾ ਗੱਡੀ ਦਾ ਨਿਸ਼ਾਨ ਆਉਂਦਾ ਸਾਡੇ ਮੈਚ ਦਾ ਫੁੱਟਸਟੈਪਸ ਆਉਂਦੇ ਤਾਂ ਮਾੜਾ ਜਿਹਾ ਟਿਕ ਹੁੰਦਾ ਸਾਊਂਡ ਦੇ ਬੇਸ ਤੇ ਪੈਰਾਡਾਈਸ ਰਿਜ਼ੋਰਟ ਤੇ ਸਾਡੇ ਉਤਰੇ ਨੇ ਲੈਕਸਸ ਤੇ ਟੀਮ ਆਤੰਕੀ ਟੀਮ ਨੰਬਰ 14 ਸਾਰਿਆਂ ਨੂੰ ਪਤਾ ਪਲੈਕਸ ਦਾ ਰਿਕਾਰਡ ਰਿਹਾ ਜਿੱਤਦੀ ਜਿੱਤਦੀ ਹੈ ਮੈਚ ਟੀਮ ਨੰਬਰ 10 ਦੇ ਤੇ ਆਪਣੇ ਬਹੁਤ ਵਧੀਆ ਇਹਨਾਂ ਨੇ ਸਪਰੇ ਬਹੁਤ ਵਧੀਆ ਸਪਰੇ ਦਿੱਤਾ 11 ਈਵਨ ਸੀਗੇ ਔਡ ਕਰਦਾ ਟੀਮ ਚੋਂ ਕੱਢਦਾ ਲੌਬੀ ਚ ਮਜਾਤਾ ਕਾਕੇ ਤੂੰ ਮੈਂ ਤੂੰ ਜੂਨੀਅਰ ਆ ਸਾਡਾ ਦੀਵਾਰ ਦੇ ਪਿੱਛੇ ਨੂੰ ਸਭ ਤੋਂ ਬੈਠਾ ਮੌਕੇ ਦੇ ਬੰਦੇ ਇੱਕ ਬੰਦਾ ਨੌਕ ਕੀਤਾ ਬਹੁਤ ਸੋਹਣੀ ਫਾਈਟ ਹੁੰਦੀ ਵੀ ਇਹਨਾਂ ਵੱਲੋਂ ਦੂਜੇ ਪਾਸ ਹੋਇਆ 1 HP ਦੇ ਸਰਵਾਈਵ ਕਰਦੇ ਪਏ ਖਾਲ ਕਿੰਗ ਖਾਲ ਕੰਗ ਕੰਗ ਭਾਈ ਨੇ ਸਾਡੇ ਕਿਲ ਚੋਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਪਹਿਲੂ ਨਾ ਨਹੀਂ ਪਰ ਰਿਵਾਈਵ ਮਿਲ ਜੂਗਾ ਪਲੇਅਰਸ ਨੇ ਟੀਮਾਂ ਨੇ ਡ੍ਰੌਪ ਲੋਕੇਸ਼ਨ ਜਿਹੜੀ ਹੁੰਦੀ ਆ ਉਹ ਡਿਸਾਈਡ ਕੀਤੀ ਹੁੰਦੀ ਹੈ ਕਿ ਤੂੰ ਸਾਡੀ ਡ੍ਰੌਪ ਲੋਕੇਸ਼ਨ ਦਾ ਨਾ ਹੀ ਪਰ ਜੇ ਕੰਟੈਸਟ ਕੀਤਾ ਇਹਨੇ ਡ੍ਰੌਪ ਲੋਕੇਸ਼ਨ ਤੇ ਤਾਂ ਫਾਈਟ ਲੈਣ ਨੂੰ ਹੀ ਆਏ ਹੋਣੇ ਮਾੜੀ ਮੋਟੀ ਜੀ ਕਦੀ ਕਦੀ ਗੱਲ ਹੋ ਜਾਂਦੀ ਹੈ ਪ੍ਰੂਵ ਕਰਨਾ ਹੁੰਦਾ ਕਿ ਆਪਾਂ ਵਧੀਆ ਖੇਡਦੇ ਆ ਤੇ ਹੁੰਦਾ ਨੰਬਰ 13 ਤੇ ਇਕੱਲੇ ਬੰਦੇ ਰਹਿ ਗਏ ਨੇ ਪੀਕ ਲੈ ਕੇ ਨੌਕ ਕੀਤਾ ਫਲੱਸ਼ ਕਰਨਗੇ ਬੰਦੇ ਨੂੰ 3 kill ਹੋ ਗਏ ਨੇ ਇਹਨਾਂ ਦੇ ਟੀਮ ਵੱਲੋਂ ਬਹੁਤ ਵਧੀਆ ਜਿੰਗਲ ਕਰਕੇ ਕਿਲ ਲੈ ਲਿਆ ਇਹਨਾਂ ਨੇ ਬਹੁਤ ਸੋਹਣਾ ਕਿਲ ਲਿਆ ਟੀਮ ਨੰਬਰ 15 ਗਲੇਡੀਏਟਰ ਤੇ ਇਮੋਟ ਕਰਦੇ ਪਏ ਨੇ ਨਾਲ ਓ ਹੋ ਹੋ ਇਮੋਟ ਕਰਕੇ ਦੱਸਦੇ ਪਏ ਨੇ ਕਿ ਭਰਾ ਦੇਖੋ ਜਿੱਤ ਗਏ ਆਪਾਂ ਜਿਹੜਾ ਅਸੀਂ ਚੈਨਲ ਦਿੱਤਾ ਸੀਗਾ ਜਿੱਤ ਗਏ 1v2 ਕਰਦਾ ਇਕੱਲੇ ਨੇ ਬਹੁਤ ਸੋਹਣਾ ਖੇਡੇ ਭਾਈ ਕੋਂਗਰੈਚੁਲੇਸ਼ਨ ਹੁਣ ਇਹਨਾਂ ਨੂੰ ਪੂਰਾ ਏਰੀਆ ਮਿਲਿਆ ਚੱਜ ਨਾਲ ਲੁੱਟ ਕਰਨ ਨੂੰ ਆ ਤੁਸੀਂ ਆਂਦ ਕੀਤਾ ਬੂਟ ਕੈਂਪ ਚ ਫਾਈਟ ਹੋ ਜਾਂਦੀ ਹੈ ਉਧਰ ਹੀ ਸਾਰੇ ਬੈਠੇ ਨੇ ਇੱਕ ਦੂਜੇ ਦਾ ਵੇਟ ਕਰਦੇ ਪਏ ਨੇ ਕਿ ਜਿਹੜਾ ਬੰਦਾ ਨਿਕਲੂਗਾ ਉਹਨੂੰ ਪੈਣਗੇ ਗੋਲੀਆਂ ਗਲਤੀ ਨਾਲ ਬਾਹਰ ਨਿਕਲ ਜਾਏ ਆਹ ਹੈਗੇ ਸਾਡੇ ਟੀਮ ਨੰਬਰ 19 ਤੇ ਜੀਪੀ ਸਿੰਘ ਬੰਬ ਸੁੱਟਦੇ ਹੋਏ XQF ਕਿੰਗ 9 ਬੈਂਡੇਜਾਂ 1 ਹੈਲਥ ਕਿੱਟ ਤਾਂ 1 ਐਨਰਜੀ ਡਰਿੰਕ ਫੜੀ ਹੋਈ ਇਹਨਾਂ ਨੇ ਐਕਟਰ ਬੜੀ ਅੱਜ ਕਿੰਗ ਨੇ ਖਾਲ ਕੰਗ ਦੇ ਨੇੜ ਕੀਤਾ ਨੌਕ ਹੋ ਗਏ ਬਹੁਤ ਸੋਹਣਾ ਨੇੜ ਕੀਤਾ ਆ ਰਸ਼ ਵੀ ਕਰਤਾ ਨਾਲੇ 2 ਬੰਦੇ ਨੌਕ ਟੀਮ ਵਾਈਪ ਕਰਤੀ ਇਹਨਾਂ ਨੇ ਆਪਣੇ ਵੀ ਇਹਨਾਂ ਦੇ 2 ਬੰਦੇ ਨੌਕ ਹੋ ਗਏ ਸੀਗੇ
ਬਹੁਤ ਸੋਹਣਾ ਖੇਡੀ ਟੀਮ ਨੰਬਰ 10 ਟੀਮ ਨਾਈਟਮੇਅਰ ਇਹ ਲੈ ਲੈ ਨੇ ਤੁੱਕੇ ਨਾਲ ਆਪਣੀ ਸੀਨੀਅਰ ਦਾ ਹੁਣ ਇਹਨਾਂ ਦੀ ਬੋਰਡ ਗੇਮ ਚ ਫਾਈਟ ਹੋਵੇਗੀ ਟੀਮ ਨੰਬਰ 19 ਜਿਹੜੇ ਫਸਟ ਪ੍ਰੋਫ ਦੇ ਨੇ ਹੋਪਫੁਲੀ ਇੱਧਰ ਵੀ ਪ੍ਰੂਵ ਕਰ ਦੇਣ ਕੀ ਸੀਨੀਅਰ ਸੀਨੀਅਰ ਹੁੰਦਾ ਜੂਨੀਅਰ ਜੂਨੀਅਰ ਤੇ ਇੱਧਰ ਵੀ ਤੁੱਕਾ ਲੱਗ ਸਕਦਾ ਜੂਨੀਅਰਾਂ ਦਾ ਉਹ ਮੈਨੂੰ ਲੱਗਦਾ ਨਹੀਂ ਕਿ ਇੰਨੀ ਪ੍ਰੋਫਿਟੀ ਹੈਗੀ ਉਹਨਾਂ ਦੀ ਨਵੇਂ ਨਵੇਂ ਆਏ ਨੇ ਕਿੱਥੋਂ ਖੇਡ ਚੁੱਕੇ ਆਪਾਂ ਅਸੀਂ ਵੀ ਨਹੀਂ ਖੇਡ ਸਕਦੇ ਸੀ ਅਸੀਂ ਵੀ ਇੱਧਰ ਆ ਕੇ ਦੇਖਿਆ ਆਪਣੇ ਸੀਨੀਅਰਾਂ ਤੋਂ ਗੇਮ ਵੀ ਚਾਹੁੰਦੀ ਇੱਧਰ ਹੀ ਫਾਈਟ ਹੋਵੇ ਹੋਰ ਬੰਦੇ ਆਉਣ ਇੱਧਰ ਡਰੋਪ ਵੀ ਬੂਟ ਗੇਮ ਤੇ ਪਾਤਾ ਉਸੀ ਫੜੀ ਰੱਖੀ ਹੈ ਫ੍ਰੀ ਕੈਮਰਾ ਕਰਕੇ ਦੇਖਦੇ ਕੀ ਚੱਲਦਾ ਪਿਆ ਮਾਹੌਲ ਇੱਧਰ ਪੂਰਾ ਰਸ਼ ਕਰਨ ਦਾ ਪਲਾਨ ਬਣਾ ਲਿਆ ਇਹਨਾਂ ਨੇ ਟੀਮ ਨੰਬਰ 10 ਨਾਈਟਮੇਅਰ ਇੱਕ ਡਰੌਪ ਦਾ ਵਰਦਾਨ ਮਿਲਦਾ ਹੋਇਆ ਇਹਨਾਂ ਨੂੰ ਨਾਂ ਦੇ ਨਾਲ ਕਿੰਗ ਨੇ ਐਕਸਕਿਊਐਫ ਕਿੰਗ ਨੇ ਨੌਕ ਕੀਤਾ ਗੈਰੀ ਨੂੰ ਨੇੜ ਕਰਕੇ ਫਿਨਿਸ਼ ਕਰਨਗੇ ਜੇ ਨੇੜ ਪੁਆਇੰਟ ਤੇ ਗਿਆ ਬਹੁਤ ਸੋਹਣਾ ਨੇੜ ਹੋਊਗਾ ਫਿਨਿਸ਼ ਜਿੱਦਾਂ ਦਾ ਲੱਗਿਆ ਸੀਗਾ ਉਹੀ ਹੋਇਆ ਜੂਨੀਅਰ ਨੂੰ ਵਿਖਾ ਦਿੱਤਾ ਇੱਦਾਂ ਖੇਡੀ ਦਾ ਸਿੱਖੋ ਤੁਸੀਂ ਸਾਡੇ ਕੋਲੋਂ ਕੁਛ ਲਾਓ ਸਾਡੇ ਨਾਲ ਮੈਚ ਓਪਨ ਚ ਕਿਹੜਾ ਜਾਂਦਾ ਇੱਧਰ ਕੰਟੇਨਰਾਂ ਦੇ ਪਿੱਛੇ ਕਿਹੜਾ ਪੈਂਦਾ ਓਪਨ ਚ ਪਿੱਛੋਂ ਵੀ ਪੈ ਸਕਦੀ ਤੁਹਾਨੂੰ ਤੇ ਨਾਲ ਨੌਕ ਹੋਏ ਹੋ ਤਾਂ ਤੁਹਾਡੀ ਲੋਕੇਸ਼ਨ ਸਹੀ ਨਹੀਂ ਗੀ ਤੇ ਨੌਕ ਫਿਨਿਸ਼ ਹੋਏ ਹੋ ਤਾਂ ਤੁਹਾਡਾ ਗੇਮ ਪਲੇ ਖਰਾਬ ਆ ਐਕਸਕਿਊਐਫ ਕਿੰਗ ਕੁਝ ਕਰਨਗੇ ਹੁਣ ਕਾਲ ਬੈਕ ਕਰ ਦੇਵੇ ਦੋ ਪਲੇਅਰ ਦੇ ਲਾਸਟ ਪੰਜ ਕਿਲ ਕਰ ਲੈਣੇ ਆਲਰੇਡੀ ਐਕਸਕਿਊਐਫ ਟੀਮ ਨਾਈਟਮੇਅਰ ਨੇ ਹੋਰ ਜਿਹੜੇ ਫਾਈਟ ਉੱਤੇ ਵੀ ਆਪਾਂ ਉੱਧਰ ਚੱਲਦੇ ਹਾਂ ਆਂਦਾ ਹੋਇਆ ਕਿੰਗ ਦਾ ਕੌਂਕਰ ਉਹ ਵੀ ਨੌਕ ਕਰਦਾ ਕਰਨ ਭੋਗਪੁਰ ਇੱਦਾਂ ਕੌਣ ਖੇਡਦਾ ਚਲੋ ਮੌਕਾ ਤਾਂ ਮਿਲ ਗਿਆ ਇਹਨਾਂ ਦੇ ਟੀਮਮੇਟ ਨੂੰ ਪਿੱਛੇ ਭੱਜਣ ਦਾ ਭਾਜਾ ਵੀ ਰਹੇ ਜੀਪੀ ਜਿੰਦਰ ਭੱਜ ਸਕਦਾ ਇਹਨਾਂ ਨੇ ਨਹੀਂ ਛੱਡਣਾ ਆ ਪਿੱਛੇ ਭੱਜ ਗਏ ਹੰਟ ਕਰਨ ਵਾਲੇ ਬੰਦੇ ਨੇ ਭਾਵੇਂ ਤੂੰ ਗੰਨ ਅੱਗੇ ਰੱਖ ਪਿੱਛੇ ਰੱਖ ਹੱਥ ਫੜ ਕਿਤੇ ਵੀ ਰੱਖ ਇਹਨਾਂ ਨੇ ਹੰਟ ਕਰਨਾ ਹੀ ਤੈਨੂੰ ਅਜੇ ਵੀ ਸੋਚਦਾ ਫਾਈਟ ਲੈਣੀ ਆ ਮੈਂ ਨਾ ਆਹ ਨਹੀਂ ਹੁੰਦਾ ਕਿ ਬਹਿ ਕੇ ਚੱਜ ਨਾਲ ਬਹਿ ਕੇ ਕੈਂਪ ਕਰਕੇ ਪੋਜੀਸ਼ਨ ਪੁਆਇੰਟ ਲੈ ਲਈਏ ਆਪਣੇ ਆਪ ਨੂੰ ਬਹੁਤ ਵੱਡੇ ਪ੍ਰੋ ਸਮਝਦੇ ਨੇ ਇਹਨਾਂ ਦੇ ਸਾਹਮਣੇ ਇਹਨਾਂ ਦੀ ਟੀਮ ਵਾਈਪ ਹੋਣ ਹੋ ਗਈ ਆ ਆਲਮੋਸਟ ਆਹੀ ਇਕੱਲੇ ਬਚੇ ਨੇ ਫਿਰ ਵੀ ਇਹਨਾਂ ਨੂੰ ਰਸ਼ ਕਰਨਾ ਹੀ ਆ ਚਲੋ ਤਾਂ ਪ੍ਰੈਕਟਿਸ ਮੈਚ ਆ ਇਹਦੇ ਪੁਆਇੰਟ ਕਾਊਂਟ ਨਹੀਂ ਹੋਣੇ ਸਟ੍ਰੀਮ ਦਾ ਵੇਖ ਲਈਏ ਕਿੱਦਾਂ ਦੀ ਚੱਲਦੀ ਸਾਡੀ 28 ਮਿੰਟ ਹੋ ਗਏ ਸਾਨੂੰ ਲਾਈਵ ਹੋਏ ਨੂੰ 3 ਵਿਊਅਰਸ ਨੇ ਸਾਡੇ ਸਾਡੀ ਰਿਕੁਐਸਟ ਹੈਗੀ ਆ ਸਾਡੇ ਵਿਊਅਰਾਂ ਤੋਂ ਕਿ ਜੇ ਸਟ੍ਰੀਮ 'ਚ ਕੋਈ ਕਮੀ ਹੈਗੀ ਆ ਕਮੀ ਪੇਸ਼ੀ ਰਹਿੰਦੀ ਆ ਤਾਂ ਸਾਨੂੰ ਚੈਟ ਸੈਕਸ਼ਨ 'ਚ ਦੱਸਣ
ਆਪਣੇ ਵੱਲੋਂ ਤਾਂ ਆਪਾਂ ਪੂਰੀ ਹਾਈ ਕੁਆਲਿਟੀ ਦੀ 1080 60 FPS ਤੇ ਕਰਦੇ ਪਏ ਸਟ੍ਰੀਮ। ਡਾਕਟਰ ਡੈਵਲ ਕੁਝ ਜ਼ਿਆਦਾ ਹੀ ਅੱਗੇ ਚੱਲ ਗਏ ਨੇ ਟੀਮ ਤੋਂ, ਸਕਾਊਟ ਕਰਦੇ ਪੈਂਦੇ ਸਕੋਪ ਲਾ ਕੇ, ਬੰਦੇ ਤਾਂ ਨਹੀਂ ਅੱਗੇ ਅੱਗੇ। ਟੀਮ ਨੰਬਰ 20 ਟੀਮ ਮੈਥ ਡ੍ਰੌਪ ਦੇਖ ਲਿਆ ਇਹਨਾਂ ਨੇ, ਲੁੱਟੀ ਨੇ ਡ੍ਰੌਪ। ਏ ਡਬਲਿਊ ਐਮ ਆਈ ਆ ਡ੍ਰੌਪ 'ਚ, ਏ ਡਬਲਿਊ ਐਮ 'ਤੇ ਲੈਵਲ 3 ਦਾ ਪੂਰਾ ਜਿਹਾ ਗੇਅਰ ਹੁੰਦਾ, ਇੱਕ ਮੈਡੀਕਿਟ ਆਈ ਹੈ ਜਿਹੜੀ ਪੂਰੀ ਹੈਲਥ ਫੁੱਲ ਕਰ ਦਿੰਦੀ ਹੈ, ਐਕਸਟੈਂਡਡ ਫਿਲਟਰ ਆਇਆ, ਛੇਤੀ ਰੀਲੋਡ ਕਰਦਾ ਅਤੇ ਗੋਲੀਆਂ ਵੀ ਮਿਲਦੀਆਂ ਵਾਧੂ। ਆ ਏ ਡਬਲਿਊ ਐਮ ਜੇ ਕਿਤੇ ਵਧੀਆ ਜੇ ਸਨੈਪਰ ਦੇ ਹੱਥ 'ਚ ਆ ਗਈ ਤਾਂ ਨਾਲ ਹੀ ਕਿਲ ਫੀਲਡ 'ਚ ਪਟਾਕੇ ਸ਼ੋਅ ਹੋਣ ਲੱਗ ਪੈਣੇ, ਆਹ ਗਰੰਟੀ ਹੈ ਮੇਰੀ। ਟੀਮ ਨੰਬਰ 14 ਹੌਲੀ ਹੌਲੀ ਟੀਮ ਨੰਬਰ 20 ਦੇ ਕੋਲ ਕਲੋਜ਼ਿੰਗ ਕਰਦੀ ਹੋਈ। ਤੇਈ ਬੰਦੇ ਲਾਈਵ ਨੇ, 9 ਟੀਮਾਂ, ਜ਼ੋਨ ਬਾਲਾ ਹੀ ਵੱਡਾ ਹੈਗਾ। ਫਾਈਟ ਰਸ਼ ਤੇ ਫਾਈਟ ਕਰਨ 'ਚ ਟੀਮਾਂ ਇਸ ਵਾਰੀ ਜ਼ਿਆਦਾ ਫੋਕਸ ਕਰਦੀਆਂ ਅਤੇ M24 ਦੀ ਗੋਲੀ ਚੱਲੀ ਸਨੈਪਰ ਸਾਡੇ M24। ਅਰਵਿੰਦਰ ਇੱਥੇ ਨੂੰ ਲੱਗਦਾ ਬੰਦਿਆਂ ਦੀ ਲੋਕੇਸ਼ਨ ਪਤਾ, ਲੈਫਟ 'ਚੋਂ ਗੋਲੀ ਚੱਲੀ, ਆਪਣੇ ਟੀਮਮੇਟਸ ਨੂੰ ਬੋਲਣਗੇ ਆ ਜਾ ਭਰਾ ਛੇਤੀ ਆ, ਬੰਦੇ ਹੈਗੇ ਪਿੱਛੋਂ ਪਈ ਇਹਨਾਂ ਨੂੰ ਬਹੁਤ ਗੰਦੀ। ਟੀਮ ਨੰਬਰ 10 ਨਾਈਟਮੇਅਰ ਨੇ ਇਹਨਾਂ ਤੇ ਮਾਰਿਆ, ਨੌਕ ਹੋ ਗਏ ਗੋਡਿਆਂ ਦੇ ਆ ਗਏ, ਕਹਿੰਦੇ ਆਪਾਂ ਬੂਟ ਕੈਂਪ ਤੋਂ ਆਏ ਤੂੰ ਕਿੱਦਾਂ ਬਚ ਸਕਦਾ। ਡਾਕਟਰ ਡੈਵਿਲ ਨੇ ਲੂੰਦੇ ਨੂੰ ਕੀਤਾ ਨੌਕ, ਸਮੋਕ ਕਰਕੇ ਆਪਣੇ ਬੰਦੇ ਨੂੰ ਰਿਵਾਈਵ ਕਰਨਗੇ। ਫਿਨਿਸ਼ ਹੋ ਗਏ ਰਵਿੰਦਰ ਕਿੰਗ ਵੱਲੋਂ, ਡਾਕਟਰ ਡੈਵਿਲ ਨੂੰ ਵੀ ਲੌਂਗ ਰੇਂਜ ਦੇ ਸਪਰੇਅ 'ਚ ਨੌਕ ਕੀਤਾ। ਸਾਡੇ ਸਪੈਸ਼ਲ ਗੈਸਟ ਆਏ ਨੇ ਟਾਪਰ ਭਾਈ, ਕਮੈਂਟਰੀ ਕਰਨ ਦੇ ਟਾਪਰ ਭਾਈ, ਬਹੁਤ ਦੋ ਦਿਨ ਬਾਅਦ ਦੱਸੋ ਟਿਕਸਾਲੀ ਦੀ ਵੁੱਡ ਬਣਾ ਗਿਆ ਆਪਾਂ ਟਿਕਸਾਲੀ। ਟਾਪਰ ਭਾਈ ਨੂੰ ਸਪੈਕਟੇਟ ਕਰਦੇ ਹੋਏ, ਟਾਪਰ ਭਾਈ ਹਮੇਸ਼ਾ ਦੀ ਤਰ੍ਹਾਂ ਲੁਕਦੇ ਹੋਏ, ਇਹਨਾਂ ਨੇ ਕੁਝ ਨਹੀਂ ਕਰਨਾ, ਇਹਨਾਂ ਨੇ ਲਾਸਟ ਦੀ ਤਰ੍ਹਾਂ ਇੱਥੇ ਬੈਠੇ ਰਹਿਣਾ, ਲੰਮੇ ਪੈਂਦੇ ਰਹਿਣਾ, ਇਹਨਾਂ ਨੇ ਕਰੋਚ ਕਰਨਾ ਬਸ, ਹੈਨਾ, ਇਹਨਾਂ ਨੇ ਬੈਠੇ ਵੀ ਨਹੀਂ ਰਹਿਣਾ, ਇਹਨਾਂ ਨੇ ਘਾਹ ਦੇ ਵਿੱਚ ਲੁਕੇ ਰਹਿਣਾ, ਕਿਤੇ ਲੱਭੇ ਨਹੀਂ ਰਹਿਣਾ ਬਸ, ਠੀਕ ਹੈ। ਦੂਰ ਪਾਓ ਕੈਮਰਾ, ਕੈਮਰਾ ਕਿਤੇ ਹੋਰ ਪਾਓ, ਜਲਦੀ ਪਾਓ, ਕੋਈ ਥਾਪੜ ਨਹੀਂ, ਥਾਪੜ ਲੰਘ ਚੁੱਕੀ ਨੇ, ਗੁਣ ਗੁਣ ਆ ਰਹੇ ਨੇ, ਜੂਨੀਅਰ ਕੋਈ ਆ ਰਹੇ ਨੇ ਜਿਨ੍ਹਾਂ ਦਾ ਨਾਮ ਨਹੀਂ ਪਤਾ, ਬਿਲਕੁਲ ਨਹੀਂ ਪਤਾ, ਪਤਾ ਨਹੀਂ ਕਿਹੜੇ ਪ੍ਰੋਫ ਦੇ ਨੇ। ਔਰ ਟੀਮ ਨੰਬਰ 11 ਦੇ ਹੈਗੇ ਨੇ ਅਫਗਾਨਿਸਤਾਨੀ, ਇਹਨਾਂ ਦੀ ਟੀਮ ਦਾ ਨਾਂ ਆਕਾਸ਼ ਸਿੰਗਲਾ, ਸੱਪ ਬਣੇ ਹੋਏ ਨੇ। ਹਾਂ ਹਾਂ ਸਹੀ ਹੈ, ਕੋਈ ਸੀਨੀਅਰ ਲਿਆ ਹੋਵੇ। ਟੀਮ ਮੈਥ ਦੇ ਹੈਗੇ ਨੇ ਇਹ ਕਰਨਗੇ
ਇਹ ਕਰਨਗੇ ਕੁਝ ਕੇ ਨਹੀਂ ਕਰਨਗੇ ਕਿਉਂਕਿ ਇਹਨਾਂ ਨੂੰ ਸਨਾਈਪਰ ਚ ਕੁਝ ਨਹੀਂ ਲੱਭ ਰਿਹਾ ਕੁਝ ਨਹੀਂ ਲੱਭ ਰਿਹਾ ਇਹਨਾਂ ਨੂੰ ਇਹ ਪੱਥਰਾਂ ਨੂੰ ਦੇਖ ਰਹੇ ਨੇ ਸੈਨਹੋਕ ਚ ਪੱਥਰਾਂ ਨੂੰ ਦੇਖਣਾ ਬਹੁਤ ਗਲਤ ਗੱਲ ਆ ਟਾਈਮ ਪਾਸ ਕਰ ਰਹੇ ਨੇ ਬਿਲਕੁਲ ਬਸ ਬੱਜੇ ਰਹੋ ਸ਼ਿਵ ਮਾਰਦਾ ਤਾਂ ਬਿਲਕੁਲ ਹੀ ਨਹੀਂ सोलह किल ले ने दोन दे पता नहीं की पत्थर वेखी जाते भरा पानी च कोई नहीं है छेती बचो दोन दे बाहर हो तुम बाहर पता नहीं की लभी जाते अजे तो हैग भी ना तू कुछ करे दोवे दोनों कुछ करे किंग एंड मनु इलेवन नंबर टीम भी कुछ कर रही है सही कर रही है बाहर निकल गया मेरे कहने बाहर निकल गया बस गया टीम नंबर दस तो शॉर्ट आंदे हुए इन्हां नूं उन्हां दी लोकेशन पता लग गई कंध वाल देख के कंध वाल देख लग गया लूना लूना बैच कौन है लूना ओए केड़ा लूना लूना इन्हें लूने हैं इन्हें लूने केड़ा लूना है लूना तीन तीन वो किला नहीं देने दिया लूना कुछ करेगा यार लूना दस नंबर टीम घर के अंदर कैंपिंग चलती पी है नाइस स्ट्रेटजी फोर थापड़ तेरा तेरा बंदे मार रहा सीधा सीधा ये मरेगा हुण
ਯਾਰ ਨਾਈਸ ਸਟ੍ਰੈਟਜੀ ਚੱਲਦੀ ਵੀ ਗੋਡ ਥਾਪਰ ਥਾਪਰ ਭਾਈ ਦੀ ਤੂੰ ਲੂਨਾ ਲੂਨਾ ਦੇ ਮਾਰ ਸਿੱਧਾ ਕਿੰਗ ਲੂਨਾ ਕਿੰਗ ਕਾਲਾ ਬਾਬਾ ਤੋਸ਼ ਸਿੰਗਲਾ ਜੀਪੀ ਸਿੰਘ ਸਾਰਿਆਂ ਦੇ ਮਾਰ ਇੱਕੋ ਵਾਰ ਮਾਰ ਤੇਰੀ ਗੋਲੀ AK-47 ਗੋਲੀ ਦੇਈ ਤੇਰੀ ਗੋਲੀ ਹਰ ਕਿਸੇ ਦੇ ਵੱਜੇਗੀ ਇਹ ਬਸਟ ਹੈ ਦੋਨ ਦੇ ਬਾਹਰ ਵੇਟ ਕਰਦੇ ਹੋਇਆ ਕਾਲ ਸਿੰਗਲਾ ਕਦੋਂ ਭੱਜਣਗੇ ਦੋਨ ਚ ਬੰਦਾ ਦੇਖਦਾ ਵੀ ਨੀ ਪਿਆ ਸਿੱਧੀ 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 ਗੋਲੀ ਮਾਰ ਗਲਤ ਦਾ ਤੇ ਕੈਂਪਿੰਗ ਕਰਦੇ ਹੋ ਜੀਪੀ ਸਿੰਘ ਬ੍ਰੋ ਮੋਂਟੀ ਮਾਰ ਅੱਜ ਕਾ ਉੱਪਰ ਨਹੀਂ ਹੁੰਦੀ ਕੈਂਪਿੰਗ ਆਕਾਸ਼ ਸਿੰਘ ਨੇ ਰਸ਼ ਕਰਤਾ ਗੋਲ ਨੰਬਰ ਭਾਈ ਫਿਨਿਸ਼ ਹੁੰਦੇ ਹੋਏ ਆਕਾਸ਼ ਸਿੰਘ ਨੇ ਕਿਤੇ ਫਿਨਿਸ਼ ਕੀਤਾ ਆਪਾਂ ਕਿਤੇ ਫੋਲੋ ਨਾ ਲੂਨਾ ਲੂਨਾ ਦੇ ਉੱਪਰ ਲੂਨਾ ਨੂੰ ਸਪੈਕਟਡ ਕਰਦੇ ਆ ਲੂਨਾ ਸਪੈਕਟ ਕਰਦੇ ਆ ਆਪਾਂ ਲੂਨਾ ਨੂੰ ਸਪੈਕਟਡ ਕੀਤਾ ਉਹ ਨਹੀਂ 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 ਬ੍ਰੋ ਲੂਨਾ ਮਰ ਲੱਗਾ ਲੂਨਾ ਮਰ ਲੱਗਾ 9 ਕਿਲੋ ਵਾਲਿਆਂ ਨੂੰ ਸਪੈਕਟਡ ਕਰ ਕਿੰਗ ਇਸ ਕਿੰਗ ਕਿੰਗ ਇਸ ਕਿੰਗ ਥੋੜਿਆ ਐਕਸਕਿਊਐਫ ਨੇ ਜੀਪੀ ਨੂੰ ਕੀਤਾ ਨਾਲ 6 ਬੰਦੇ ਰਹਿ ਗਏ ਇਹਨਾਂ ਦੀ ਟੀਮ ਚੋਂ ਕਾਲਾ ਵਾਲਾ ਨੌਕ ਪਿਆ ਫਿਰ ਕੀਤਾ ਮਾਰ ਉਹ ਮਾਰ ਗਿਆ ਵੇਖਿਆ ਨੂੰ ਮਾਰਿਆ ਇੱਕੋ ਹੀ ਬੰਦਾ ਰਹਿ ਗਿਆ ਮੰਨੂ ਟੀਮ ਤਾਲੀਬਾਨੀ ਸੈਕਿੰਡ ਬਰੋ ਦੀ ਟੀਮ ਚੱਲ ਕਿੰ ਚੱਲ ਚੱਲ ਐਕਸ ਲੂਨੇ ਦਾ ਲਾਸਟ ਵਿੱਚ ਨਹੀਂ ਹਟ ਲੂਨੇ ਨੇ ਆਖਰੀ ਕਿੱਲਿਆ ਟੀਮ ਨਾਈਟਵੇਅਰ ਜਿੱਤੀ ਹੋਈ ਹੈ ਮੈਚ ਪ੍ਰੈਕਟਿਸ ਮੈਚ ਸੀਗਾ ਦੇ ਟੀਮਾਂ
ਪਲੇਅਰ ਨੇ ਟੀਮਾਂ ਨੇ ਡ੍ਰੌਪ ਲੋਕੇਸ਼ਨ ਜਿਹੜੀ ਹੁੰਦੀ ਆ ਉਹ ਡਿਸਾਈਡ ਕੀਤੀ ਹੁੰਦੀ ਹੈ ਕਿ ਤੂੰ ਸਾਡੀ ਡ੍ਰੌਪ ਲੋਕੇਸ਼ਨ ਤੇ ਨਾ ਹੀ ਪਰ ਜੇ ਕੰਟੈਸਟ ਕੀਤਾ ਇਹਨੇ ਡ੍ਰੌਪ ਲੋਕੇਸ਼ਨ ਤੇ ਤਾਂ ਫਾਈਟ ਲੈਣ ਨੂੰ ਹੀ ਆਏ ਹੋਣੇ ਮਾੜੀ ਮੋਟੀ ਜਿਹੀ ਕਦੀ ਵੀ ਗੱਲ ਹੋ ਜਾਂਦੀ ਹੈ ਪ੍ਰੂਫ ਕਰਨਾ ਹੁੰਦਾ ਕਿ ਆਪਾਂ ਵਧੀਆ ਖੇਡਦੇ ਹੁੰਦਾ ਫਲੱਸ਼ ਕਰਨ ਕੇ ਬੰਦੇ ਨੂੰ ਤਿੰਨ ਕਿੱਲ ਹੋ ਗਏ ਨੇ ਇਹਨਾਂ ਦੇ ਟੀਮ ਵੱਲੋਂ ਬਹੁਤ ਵਧੀਆ ਚਿਕਲ ਕਰਕੇ ਕਿੱਲ ਲੈ ਲਿਆ ਇਹਨਾਂ ਨੇ ਬਹੁਤ ਸੋਹਣਾ ਕਿੱਲ ਲਿਆ ਟੀਮ ਨੰਬਰ 15 ਗਲੇਡੀਏਟਰ ਇਮੋਟ ਕਰਦੇ ਪੈਂਦੇ ਨਾਲ ਓ ਹੋ ਹੋ ਇਮੋਟ ਕਰਕੇ ਦੱਸਦੇ ਪੈਂਦੇ ਕਿ ਭਰਾ ਦੇਖੋ ਜਿੱਤ ਗਏ ਆਪਾਂ ਜਿਹੜਾ ਚੈਨਲ ਦਿੱਤਾ ਸੀਗਾ ਜਿੱਤ ਗਏ 1v2 ਕਰਤਾ ਇਕੱਲੇ ਨੇ ਬਹੁਤ ਸੋਹਣਾ ਖੇਡੇ ਭਾਈ ਕੰਗ੍ਰੈਚੁਲੇਸ਼ਨ ਬਹੁਤ ਵਧੀਆ ਚਿਕਨ ਕਰਕੇ ਕਿੱਲ ਲੈ ਲਿਆ ਇਹਨਾਂ ਨੇ ਬਹੁਤ ਸੋਹਣਾ ਕਿੱਲ ਲਿਆ ਟੀਮ ਨੰਬਰ 15 ਗਲੇਡੀਏਟਰ ਇਮੋਟ ਕਰਦੇ ਪੈਂਦੇ ਨਾਲ ਓ ਹੋ ਹੋ ਇਮੋਟ ਕਰਕੇ ਦੱਸਦੇ ਪੈਂਦੇ ਕਿ ਭਰਾ ਦੇਖੋ ਜਿੱਤ ਗਏ ਆਪਾਂ ਜਿਹੜਾ ਚੈਨਲ ਦਿੱਤਾ ਸੀਗਾ ਜਿੱਤ ਗਏ 1v2 ਕਰਤਾ ਇਕੱਲੇ ਨੇ ਬਹੁਤ ਸੋਹਣਾ ਖੇਡੇ ਭਾਈ ਕੰਗ੍ਰੈਚੁਲੇਸ਼ਨ ਬਹੁਤ ਵਧੀਆ ਚਿਕਨ ਕਰਕੇ ਕਿੱਲ ਲੈ ਲਿਆ ਇਹਨਾਂ ਨੇ ਬਹੁਤ ਸਾਡੇ ਵਿਊਅਰਸ ਨੂੰ ਅਨਾਊਂਸਮੈਂਟ ਹੈਗੀ ਹੈ ਕਿ ਕੱਲ੍ਹ ਨੂੰ ਜਦ ਜਿਹੜੀ ਸਾਡੀ ਸਟ੍ਰੀਮ ਹੋਣੀ ਆ ਉਹ ਮੈਚ ਨੰਬਰ 1A1 3 ਵਜੇ ਦੁਪਹਿਰ ਨੂੰ ਸਟਾਰਟ ਹੋ ਜੂਗੀ ਆ ਜਾਓ ਵੇਖਣ ਜੇ ਤੁਹਾਨੂੰ ਇੱਦਾਂ ਦੇ ਮਨ ਚਾਹੀਦਾ ਆ ਸਬਸਕ੍ਰਾਈਬ ਐਲੀਮੈਂਟ ਹੁੰਦਾ ਤੁਹਾਡੇ ਲਈ ਜਿਹੜੇ ਸਾਡੇ ਵਿਊਅਰ ਸੀਗੇ ਅਤੇ ਆ ਡੇ 1 ਦਾ ਜਿਹੜਾ ਮੈਚ ਹੈਗਾ ਅਤੇ ਡੇ 2 ਦਾ ਮੈਚ ਉਹ ਕੱਲ੍ਹ ਨੂੰ ਹੀ ਹੋਊਗਾ 6 ਮੈਚਿਸ ਹੋਣਗੇ ਕੱਲ੍ਹ ਇਕੱਠੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਹੋਵੇਗੇ ਸਾ ਹੋਵੇਗੇ ਸਾਡੇ ਡੇ 1 ਦੇ ਮੈਚ ਅਤੇ 9 ਵਜੇ 10 ਵਜੇ ਤੋਂ ਲੈ ਕੇ ਰਾਤੀ ਦੇ 12 ਵਜੇ ਤੱਕ ਹੋਵੇਗੇ ਸਾਡੇ ਡੇ 2 ਦੇ ਮੈਚ ਦੋਵਾਂ ਮੈਚ ਦੋਵਾਂ ਡੇਜ਼ ਦਾ ਜਿਹੜਾ ਸਾਡਾ ਪੁਆਇੰਟ ਸਿਸਟਮ ਆ ਉਹ ਹੈਗਾ ਵੱਖਰਾ ਵੱਖਰਾ ਡੇ 2 'ਚ ਕਿੱਲ ਦੇ ਪੁਆਇੰਟ ਵੱਜੂਗੇ ਅਤੇ ਚਿਕਨ ਡਿਨਰ ਦੇ ਪੁਆਇੰਟ ਘੱਟਣੇ ਤਾਂ ਜਿਹੜੀਆਂ ਟੀਮਾਂ ਡੇ 1 'ਚ ਕੈਂਪ ਕਰਨਗੀਆਂ ਉਹ ਕੈਂਪ 'ਚ ਡੇ 2 'ਚ ਇੰਨਾ ਫਾਇਦਾ ਨਹੀਂ ਹੋਊਗਾ ਕਿੱਲ ਪੁਆਇੰਟ ਲਓਗੇ ਤਾਂ ਹੀ ਉਹ ਫਾਇਦਾ ਹੋਊਗਾ ਇਸ ਕਰਕੇ ਇੱਦਾਂ ਦਾ ਆਪਾਂ ਪੁਆਇੰਟ ਸਿਸਟਮ ਬਣਾਇਆ ਅਤੇ ਵਾਧੂ ਮੈਚ ਰੱਖੇ ਨੇ ਤਾਂ ਕਿ ਜਿਹੜੇ ਪੁਆਇੰਟਸ ਐਡ ਹੋਣੇ ਆ ਉਹਨਾਂ ਦਾ ਫਾਇਦਾ ਹੋਵੇ ਕਈ ਵਾਰ ਇੱਦਾਂ ਹੁੰਦਾ ਕਿ ਪਹਿਲਾ ਮੈਚ ਵਧੀਆ ਨਹੀਂ ਜਾਂਦਾ ਦੂਜਾ ਨਹੀਂ ਵਧੀਆ ਗਿਆ ਅਤੇ ਆਪਾਂ ਵਾਧੂ ਮੈਚ ਰੱਖੇ ਨੇ ਕਿ ਚਲੋ ਅਗਲਾ ਮੈਚ ਤੁਹਾਡਾ ਵਧੀਆ ਚੱਲ ਜੂਗਾ ਹੋਰ ਵੀ ਹੈਗੇ ਨੇ ਤੁਹਾਡੇ ਕੋਲ ਅੱਜ ਦਾ ਮੈਚ ਉਹ ਉਹਨਾਂ 'ਚ ਵੀ ਵਧੀਆ ਖੇਡ ਲਓ ਆ ਅਸੀਂ ਆਪਣੇ ਪਾਰਟੀਸਪੈਂਟਸ ਨੇ ਰਿਕੁਐਸਟ ਵਾਧੂ ਮੈਚ ਰੱਖੇ ਇੰਨਾ ਕੀ ਸੀਗੀ ਸਾਡੀ ਅਨਾਊਂਸਮੈਂਟ ਕੱਲ੍ਹ ਨੂੰ 3 ਵਜੇ ਦੁਪਹਿਰੇ ਆ ਜਾਇਓ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬਿਨਾਂ ਕਿਸੇ ਪ੍ਰੋਬਲਮ ਤੋਂ ਸਟ੍ਰੀਮ ਕਰਨ ਅਤੇ ਥੈਂਕ ਯੂ ਸਾਰਿਆਂ ਦਾ ਗੁੱਡ ਨਾਈਟ